ਗੁੱਡ ਈਵਨਿੰਗ ਦੋਸਤੋ ਸਾਰਿਆਂ ਦਾ ਕੀ ਹਾਲ ਚਾਲ ਹੈ ਠੀਕ ਠਾਕ ਹਾਂ ਰਾਇਲ ਪਟੇਲਾ.in ਵੱਲੋਂ ਤੁਹਾਡਾ ਅੱਜ ਦਾ ਫਿਰ ਸਾਰਿਆਂ ਦਾ ਸਵਾਗਤ ਹੈ ਅੱਜ ਜਿਹੜਾ ਅਸੀਂ ਨਵਾਂ ਐਪੀਸੋਡ ਲੈ ਕੇ ਆ ਰਹੇ ਹਾਂ ਪੰਜਾਬ ਇਲੈਕਸ਼ਨਸ ਤੋਂ 2022 ਦੇ ਰਿਲੇਟਿਡ ਜਿਹੜੀ ਤੁਹਾਨੂੰ ਅਸੀਂ ਕਿਹਾ ਹੈ ਕਿ ਅਸੀਂ ਰੋਜ਼ ਤੁਹਾਡੇ ਨਾਲ ਕੋਈ ਨਾ ਕੋਈ ਨਵੀਂ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਅੱਜ ਜਿਹੜੀ ਇਨਫੋਰਮੇਸ਼ਨ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਿਹਾ ਇਹ ਜਿਹੜੀ ਇਲੈਕਸ਼ਨ ਪ੍ਰੋਸੈਸ ਹੈ ਉਹਦੇ ਬਾਰੇ ਹੈ ਜਿਹੜਾ ਤੁਹਾਨੂੰ ਸ਼ਾਇਦ ਇਹ ਪਤਾ ਨਾ ਹੋਵੇ ਜਿਹੜੀਆਂ ਜਨਰਲ ਇਲੈਕਸ਼ਨਸ ਜਿਹੜੀਆਂ ਸਭ ਤੋਂ ਇੰਡੀਆ ਦੀਆਂ ਪਹਿਲੀਆਂ ਇਲੈਕਸ਼ਨਸ ਹੋਈਆਂ ਸੀਗੀਆਂ ਉਹ 1951 ਯਾਨੀ ਕਿ 25 ਅਕਤੂਬਰ 1951 ਤੋਂ ਸ਼ੁਰੂ ਹੋ ਕੇ ਇਹ 4 ਮਹੀਨੇ ਚੱਲੀਆਂ ਸੀਗੀਆਂ ਜਿਹੜੀ ਪਹਿਲੀ ਆਪਣੀ ਇਲੈਕਸ਼ਨਸ ਹੋਈਆਂ ਸੀ ਪਾਰਲੀਮੈਂਟ ਕੰਸਟੀਚੁਐਂਸੀਜ਼ ਲਈ ਪਾਰਲੀਮੈਂਟ ਅਸੈਂਬਲੀ ਆਪਣੀ ਇਲੈਕਸ਼ਨਸ ਹੀ ਆ ਉਹ 25 ਅਕਤੂਬਰ 1951 ਤੋਂ ਸ਼ੁਰੂ ਹੋ ਕੇ 22 ਫਰਵਰੀ 1952 ਇਹ ਜਿਹੜੀਆਂ ਪਹਿਲੇ ਇਲੈਕਸ਼ਨ ਸੀ ਇਹ 4 ਮਹੀਨੇ ਚੱਲੀਆਂ ਸੀਗੀਆਂ ਸੋ ਇਹ ਤਾਂ ਹੋ ਗਈ ਜਨਰਲ ਉਹਦੀ ਜਨਰਲ ਇਲੈਕਸ਼ਨਸ ਬਾਰੇ ਜਿਸ ਵਿੱਚ 1949 ਯਾਨੀ ਕਿ 100 900 1949 ਕੈਂਡੀਡੇਟਸ ਨੇ ਪਾਰਟਿਸਪੇਟ ਕੀਤਾ ਸੀ 489 ਸੀਟਸ ਦੇ ਲਈ ਜਿਹੜੀ ਕਿ ਲੋਕ ਸਭਾ ਤੋਂ ਜਿੱਤ ਕੇ ਆਪਣੇ ਜਿਵੇਂ ਹੁਣ ਆਪਾਂ ਮੈਂਬਰਸ ਭੇਜਦੇ ਆ ਉਹਦੇ ਵਿੱਚ 4 ਉਸ ਟਾਈਮ 489 ਸੀਟ ਸੀਗੀਆਂ ਕਿਉਂਕਿ ਉਸ ਟਾਈਮ ਪੋਪੂਲੇਸ਼ਨ ਬਹੁਤ ਘੱਟ ਸੀ ਜੀ ਐਸ ਕੰਪੇਅਰ ਟੂ ਹੁੰਦੇ ਤੇ ਉਸ ਟਾਈਮ ਕਾਂਗਰਸ ਨੇ 489 ਦੇ ਵਿੱਚੋਂ 364 ਜਿਹੜੀਆਂ ਸੀਟਾਂ ਸੀਗੀਆਂ ਉਹ ਉਹਨਾਂ ਨੇ ਜਿੱਤੀਆਂ ਸੀਗੀਆਂ ਇਹ ਤਾਂ ਹੋ ਗਈ ਤੁਹਾਨੂੰ ਇੰਡੀਆ ਦੇ ਇਨਫੋਰਮੇਸ਼ਨ ਬਾਰੇ ਹੁਣ ਪੰਜਾਬ ਦੀ ਜਿਹੜੀ ਸਾਡੀ ਸੀਰੀਜ਼ ਚੱਲ ਰਹੀ ਹੈ ਉਹਦੇ ਅੰਦਰ ਤੁਹਾਨੂੰ ਉਹ ਦੱਸਣ ਲੱਗੇ ਜਿਹੜੀ ਪੰਜਾਬ ਦੀ ਪਹਿਲੀ ਇਲੈਕਸ਼ਨ ਸੀਗੀ ਅਸੈਂਬਲੀ ਇਲੈਕਸ਼ਨ ਉਹ ਜਿਹੜੀ ਹੋਈ ਸੀ ਉਹ ਹੋਈ ਸੀ 26 ਮਾਰਚ 1952 ਦੇ ਵਿੱਚ 26 ਮਾਰਚ 1952 ਦੇ ਵਿੱਚ ਪਹਿਲੀ ਜਿਹੜੀ ਅਸੈਂਬਲੀ ਇਲੈਕਸ਼ਨਸ ਹੋਈਆਂ ਸੀ ਪੰਜਾਬ ਦੀਆਂ ਤੇ ਉਸ ਤੋਂ ਵਿੱਚ ਉਸ ਉਸ ਜਿਹੜੀ ਇਲੈਕਸ਼ਨ ਦੇ ਵਿੱਚ 842 842 ਕੈਂਡੀਡੇਟਸ ਸੀਗੇ ਜੀ ਡਿਫਰੈਂਟ ਪਾਰਟੀਆਂ ਦੀਆਂ ਉਹਨਾਂ ਨੇ ਪਾਰਟਿਸਿਪੇਟ ਕੀਤਾ ਸੀਗਾ 126 ਅਸੈਂਬਲੀ ਸੀਟਸ ਲਈ ਉਸ ਟਾਈਮ ਜਿਹੜੀਆਂ ਹੁਣ ਆਪਣੇ 117 ਨੇ ਤੇ ਉਸ ਟਾਈਮ 126 ਅਸੈਂਬਲੀ ਸੀਟਸ ਹੁੰਦੀਆਂ ਸੀ ਕਿਉਂਕਿ ਉਦੋਂ ਸਾਰਾ ਪੰਜਾਬ ਹਰਿਆਣਾ ਹਿਮਾਚਲ ਉਦੋਂ ਹੀ ਇਕੱਠਾ ਸੀਗਾ ਉਸ ਚ ਪੈਪਸੂ ਨਹੀਂ ਸੀਗਾ ਤੇ ਉਸ ਟਾਈਮ ਜਿਹੜੀਆਂ 842 ਕੈਂਡੀਡੇਟਸ ਸੀਗੇ ਜੀ ਉਹਦੇ ਵਿੱਚ ਉਹ ਸਾਰੇ ਜਿਨ੍ਹਾਂ ਨੇ ਵਿੱਚ ਇੰਡੀਪੈਂਡੈਂਟ ਵਿੱਚ ਰੀਜIONAL ਪਾਰਟੀਆਂ ਵਿੱਚ ਨੈਸ਼ਨਲ ਪਾਰਟੀਆਂ ਦੇ ਸੀਗਿਆ ਥੋੜੀ ਹੈਰਾਨ ਹੋਵੋਗੇ ਕਿ ਉਸ ਟਾਈਮ 12 ਪਾਰਟੀਆਂ ਜਿਹੜੀਆਂ 12 ਪਾਰਟੀਆਂ ਸੀਗੀਆਂ ਉਹਨਾਂ ਨੇ ਇਹ ਇਲੈਕਸ਼ਨ ਕੰਟੈਸਟ ਕੀਤਾ ਸੀਗਾ 12 ਪਾਰਟੀਆਂ ਦੇ ਵਿੱਚੋਂ 7 ਨੈਸ਼ਨਲ ਪਾਰਟੀਆਂ ਸੀਗੀਆਂ ਉਸ ਟਾਈਮ 1952 ਦੇ ਵਿੱਚ 7 ਜਿਹੜੀਆਂ ਸੀਗੇ ਨੈਸ਼ਨਲ ਪਾਰਟੀਆਂ ਸੀਗੀਆਂ ਚਾਰ ਰੀਜਨਲ ਪਾਰਟੀ ਸੀਗੇ ਔਰ ਇੱਕ ਇੰਡੀਪੈਂਡੈਂਟ ਸੀਗੇ ਟੋਟਲ 12 ਕੈਟਾਗਰੀ ਦੇ ਬੰਦੇ ਸੀਗੇ ਜੀ ਇਜ਼ ਇਨਕਲੂਡਿੰਗ ਰੀਜਨਲ ਸਟੇਟ ਲੈਵਲ ਤੇ ਇੰਡੀਪੈਂਡੈਂਟ ਕੈਂਡੀਡੇਟ ਸੀਗੇ ਔਰ ਉਹਨਾਂ ਦੇ ਜਿਹੜਾ 126 ਦਾ ਰਿਜ਼ਲਟ ਆਇਆ ਸੀਗਾ ਪੰਜਾਬ ਦੀ ਜਿਹੜੀ ਪਹਿਲੀ ਇਲੈਕਸ਼ਨਸ ਹੋਈ ਸੀ ਅਸੈਂਬਲੀ ਇਲੈਕਸ਼ਨ ਉਹਦੇ ਵਿੱਚੋਂ 126 ਵਿੱਚੋਂ ਕਾਂਗਰਸ ਨੇ 96 ਜਿੱਤੀਆਂ ਸੀਗੀਆਂ ਔਰ ਜਿਹੜੇ ਉਸ ਤੋਂ ਬਾਅਦ ਇੱਕ ਹੋਰ ਚੀਜ਼ ਹੈ ਕਿ ਇਲੈਕਸ਼ਨ ਜਿਹੜੀਆਂ 인ਡੀਪੈਂਡੈਂਸ ਦੇ ਤੋਂ ਬਾਅਦ ਪਹਿਲੀਆਂ ਇਲੈਕਸ਼ਨਸ ਹੋਈਆਂ ਸੀ 1947 ਤੋਂ ਬਾਅਦ ਆਪਣੇ ਕਨਸਟੀਟਿਊਸ਼ਨ ਇੰਡੀਅਨ ਕਨਸਟੀਟਿਊਸ਼ਨ ਜਦੋਂ ਅਡਾਪਟ ਹੋ ਗਿਆ ਸੀਗਾ ਉਸ ਤੋਂ ਬਾਅਦ ਜਿਹੜੀਆਂ ਪਹਿਲੀਆਂ ਇਲੈਕਸ਼ਨ ਹੋਈ ਉਸ ਦੇ ਵਿੱਚ 인ਡੀਪੈਂਡੈਂਸ ਨੇ ਵੀ ਆਪਣਾ ਪੂਰਾ ਕਮਾਲ ਦਿਖਾਇਆ 인ਡੀਪੈਂਡੈਂਸ ਨੇ 9 ਸੀਟਾਂ ਜਿੱਤੀਆਂ 126 ਦੇ ਵਿੱਚੋਂ ਪੰਜਾਬ ਦੀ ਜਿਹੜੀਆਂ ਅਸੈਂਬਲੀ ਇਲੈਕਸ਼ਨ ਸੀਗੀਆਂ ਉਹਨਾਂ ਵਿੱਚੋਂ 9 ਉਹਨਾਂ ਨੇ 인ਡੀਪੈਂਡੈਂਟ ਨੇ ਜਿੱਤੀਆਂ ਤੇ ਅਕਾਲੀ ਦਲ ਨੇ 13 ਸੀਟਾਂ ਜਿੱਤੀਆਂ ਤੇ ਜਿਹੜੇ ਅਦਰ ਸੀਗੇ ਕੁਝ ਹੋਰ ਜਿਹੜੀਆਂ ਪਾਰਟੀ ਸੀਗੀਆਂ ਉਹਨਾਂ ਨੇ ਕਈਆਂ ਨੇ ਆਪਣੇ ਜਿਹੜਾ ਖਾਤਾ ਖੋਲਿਆ ਤੇ ਕਈਆਂ ਨੇ ਤਾਂ ਆਪਣਾ ਖਾਤਾ ਵੀ ਨਹੀਂ ਖੋਲ पाए ਟੋਟਲ ਉਹ 8 ਸੀਗਾ 8 ਸੀਟਾਂ ਦੇ ਉੱਤੇ ਉਹਨਾਂ ਨੇ ਜਿੱਤੇ ਸੋ ਤੁਹਾਡੇ ਲਈ ਅੱਜ ਦੀ ਇਨਫੋਰਮੇਸ਼ਨ ਹੈ ਉਹ ਲੱਗਦਾ ਤੁਹਾਨੂੰ ਪਸੰਦ ਆਈ ਹੋਗੀ ਤੁਹਾਡੀ ਨੌਲੇਜ ਵਧਾਈ ਹੋਗੀ ਸੋ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ royalpathela.in ਦੇਖਣ ਲਈ ਕੱਲ ਫੇਰ ਦੁਬਾਰਾ ਆਪਾਂ ਫੇਰ ਮਿਲਾਂਗੇ ਐਸੀ ਹੀ ਰੋਚਕ ਕੁਝ ਡਿਫਰੈਂਟ ਜੀ ਜਾਣਕਾਰੀ ਤੁਹਾਡੇ ਨਾਲ ਰੂਪਰੂ ਕਰਾਂਗੇ ਤੇ ਸਾਡੇ ਨਾਲ in touch row. Good night. Thank you very much.